ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਰੂਪਨਗਰ ਦੇ ਕਿਸਾਨਾਂ ਨੇ ਨਰਮੇ ਦੀ ਫਸਲ ਨੂੰ ਚਿੱਟਾ ਮੱਛਰ ਅਤੇ ਗੁਲਾਬੀ ਸੁੰਡੀ ਦੀ ਮਾਰ ਕਾਰਨ ਸੈਕੜੇ ਏਕੜ ਫਸਲ ਤੇ ਟਰੈਕਟਰ ਚਲਾ ਦਿੱਤਾ। ਜਾਣਕਾਰੀ ਦਿੰਦੇ ਹੋਏ ਪਿੰਡ ਰੂਪਨਗਰ ਨਿਵਾਸੀ ਦੇਵੀ ਲਾਲ ਦਾ ਕਹਿਣਾ ਹੈ ਕਿ ਮੇਰਾ 15 ਕਿੱਲੇ ਨਰਮਾ ਖਰਾਬ ਹੋ ਗਿਆ ਹੈ। ਇਸ ਨਰਮੇ ਦੀ ਫਸਲ ਤੇ ਕਈ ਸਪਰੇਅ ਵੀ ਕੀਤੇ ਜਾ ਚੁੱਕੇ ਹਨ ਪਰ ਕੋਈ ਵੀ ਹੱਲ ਨਹੀਂ ਹੋਇਆ ਹੈ। ਖੇਤੀਬਾੜੀ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਸਪਰੇਅ ਅਤੇ ਨਰਮੇ ਦੇ ਬੀਜਾਂ ਦੀ ਚੈਕਿੰਗ ਨਾ ਹੋਣ ਕਾਰਨ ਮਾੜੀਆਂ ਸਪਰੇਅ ਅਤੇ ਬੀਜ ਮਾਰਕੀਟ ਵਿੱਚੋਂ ਕਿਸਾਨਾਂ ਨੂੰ ਜੋ ਮਿਲਦਾ ਹੈ ਉਸ ਦੇ ਨਾਲ ਫਸਲ ਖਰਾਬ ਹੋ ਗਈ ਹੈ, ਜਿਸ ਦਾ ਹਰਜਾਨਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਨਕਲੀ ਬੀਜਾਂ ਅਤੇ ਸਪਰੇਅ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਕਿਸਾਨਾਂ ਨੂੰ ਇਸ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਇਆ ਹੋਇਆ ਹੈ, ਉੱਤੋਂ ਮਹਿੰਗੀਆਂ ਜ਼ਮੀਨਾਂ ਠੇਕੇ 'ਤੇ ਲੈ ਕੇ ਵਾਹੀ ਕਰ ਰਹੇ ਹਨ। ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਮੇਰਾ ਨਾਮ ਰੋਹਿਤ ਹੈ, ਮੈਂ ਜ਼ਿਲ੍ਹਾ ਫਾਜ਼ਿਲਕਾ ਦਾ ਨਿਵਾਸੀ ਹਾਂ। ਸਾਡੇ ਪਿੰਡ ਵਿੱਚ ਲਗਭਗ 500 ਏਕੜ ਨਰਮਾ ਜਿਹੜਾ ਕਿ ਨਕਲੀ ਬੀਜ ਔਰ ਨਕਲੀ ਕੀਟਨਾਸ਼ਕ ਕਾਰਨ ਖਰਾਬ ਹੋ ਗਿਆ, ਤਾਂ ਅਸੀਂ ਉਹ ਨਰਮਾ ਵਾਹੀ ਜਾਂਦੇ ਹਾਂ ਅਤੇ 150 ਕਿੱਲਾ ਲਗਭਗ ਵਾਹਤਾ ਅਤੇ ਬਾਕੀ ਲੋਕ ਵਾਹੀ ਜਾਂਦੇ ਆ ਅਤੇ ਅਧਿਕਾਰੀ ਨਾ ਤਾਂ ਸਾਡੀ ਕੋਈ ਸੁਣਵਾਈ ਕਰਦੇ, ਨਾ ਸਾਡੇ ਪਿੰਡ ਗੇੜਾ ਮਾਰਦੇ, ਨਾ ਕੋਈ ਸਰਕਾਰ ਦਾ ਬੰਦਾ ਇੱਥੇ ਆਇਆ, ਤਾਂ ਇਸ ਕਰਕੇ ਅਸੀਂ ਨਰਮਾ ਵਾਹੁਣ ਨੂੰ ਮਨਜ਼ੂਰ ਹੋ। ਮੇਰਾ ਨਾਮ ਦੇਵੀ ਲਾਲ ਹੈ, ਗਾਮ ਰੂਪਨਗਰ ਹੈ, ਤਹਿਸੀਲ ਫਾਜ਼ਿਲਕਾ, ਜ਼ਿਲ੍ਹਾ ਫਾਜ਼ਿਲਕਾ। ਮੈਂ ਅਜੇ 15 ਕਿੱਲਾ ਆ ਨਰਮੋ ਬਾਣੋ ਇਰਾਦ ਕਰਦੀ, ਉਹ ਲਗਭਗ ਨਰਮੋ ਸਾਰੇ ਹੀ ਖਰਾਬ ਹੋ ਗਏ ਜੀ। ਸਰਕਾਰ ਕੋ ਠੇਕੇ ਲੇਡੀ ਜ਼ਮੀਨ ਹੈ ਜੀ, ਜੋ ਮੰਨ ਲਓ ਜੋ ਖਰਚੋ ਬਣਾ ਬਹੁਤ ਹੋ ਜਾਵੇ ਤੋ ਅੱਗੇ ਅੱਗੇ ਜਾਣ ਤੋਂ ਕਰ ਸਕਾਂ ਜੀ। ਸਪਰੇ ਜੀ ਮਹਾਰਾਜ ਸਾਹਿਬ ਮੈਂ ਜੀ ਬੀਜ ਹੀ ਨਕਲੀ ਹੈ, ਸਪਰੇ ਹੀ ਨਕਲੀ ਹੈ ਜੀ। ਕੋਈ ਦੋਨਾਂ ਦੀ ਕੋਈ ਸੁਣਵਾਈ ਮੰਨ ਲਓ ਕੋਈ ਆਉਣ ਲੱਗ ਰਹੀ, ਨਾ ਕੋਈ ਹੇਠਾਂ ਅਧਿਕਾਰੀ ਆਉਣ ਲੱਗ ਰਹੇ ਜੀ। ਮੇਰਾ ਨਾਮ ਮਹਾਂਵੀਰ ਕੁਮਾਰ, ਪਿੰਡ ਰੂਪਨਗਰ, ਤਹਿਸੀਲ ਫਾਜ਼ਿਲਕਾ ਜੀ। ਨਰਮਾ ਵਾਹ ਰਹੇ ਹੈ ਬਿਮਾਰੀ ਕਰਕੇ, ਇਹ ਚਿੱਟੀ ਮੱਛਰੀ ਹੈ, ਮਰ ਨਹੀਂ ਰਹੀ। ਚਾਰ ਚਾਰ ਪੰਜ ਪੰਜ ਸਪਰੇਆਂ ਕਰਤੀਆਂ, ਰੋਜ਼ ਦੀਆਂ ਸਪਰੇਆਂ, ਮਹਿੰਗੀ ਸਪਰੇਅ ਕਰਵਾਈ ਮਹਿੰਗੀ। ਨਹਿਰ 'ਚ ਪਾਣੀ ਨਹੀਂ ਆ ਰਿਹਾ, ਲਾਈਟ ਪੂਰੀ ਰਹਿੰਦੀ ਨਹੀਂ, ਨਾ ਪਹਿਲਾਂ ਲਾਈਟ ਤਾਂ ਹੀ ਪ੍ਰੋਬਲਮ ਸੀ, ਹੁਣ ਬਾਰਿਸ਼ ਕਰਕੇ ਅਤੇ ਮਰ ਨਹੀਂ ਰਹੀ ਬਿਮਾਰੀ, ਅਤੇ ਹੁਣ ਮਜਬੂਰ ਹੋ ਕੇ ਕਿਸਾਨ ਵਾਹਣਗੇ। ਬੁਰੇ ਹਾਲਾਤ ਹੈ, ਬਾਰਡਰ ਏਰੀਆ, ਇੱਥੇ ਸੁਵਿਧਾ ਤਾਂ ਕੋਈ ਮਿਲਦੀ ਨਹੀਂ। ਇੰਦਰਾਜ ਹੈ ਜੀ ਮੇਰਾ ਨਾਮ। ਨਰਮੋ ਕਾਰਨ ਕਿ ਨਰਮਾ ਮਾ ਪਤਾ ਨਹੀਂ, ਬੀਜ ਮਰੋਲਾ ਕੀ ਚੱਲ ਰਿਹਾ ਕੋਈ ਕੀਤਾ ਦਿਨ ਰੋਡ ਤਾਂ ਨਾ ਹਾਲ ਤੋਂ ਕੋਈ ਮਨ ਦਿਖਿਆ ਕੋ ਨਹੀਂ, ਬਾਹਾਂ ਹੀ ਹੋਰ ਕੀ ਕਰਾਂ। ਕਿਤੇ ਕਿੱਲਾ ਪਾਈ ਹੋਇਆ ਨਰਮੋ? 5 ਕਿੱਲਾ ਲਗਭਗ ਵਾਹ ਦਿਓ ਜੀ। ਕੋਈ ਹੋਰ ਵੀ ਗੁਆਂਢੀ ਨਰਮੋ? ਹਾਂ, ਗੁਆਂਢੀ ਨਰਮੋ ਹੋਰ ਬਾਹਣ ਲੱਗ ਰਿਹਾ, ਇੱਕ ਦੋ ਬਾਹਰ ਰੱਖੀ ਹੈ। ਪ੍ਰਸ਼ਾਸਨ ਅਧਿਕਾਰੀ ਆਇਆ? ਨਾ, ਕੋਈ ਕੋ ਨਹੀਂ ਏਜੰਟ ਇੱਥੇ, ਨਾ ਕੋਈ ਪ੍ਰਸ਼ਾਸਨ ਅਧਿਕਾਰੀ ਹੈ, ਨਾ ਕੋਈ ਸੁਣਾਈ ਹੈ, ਨਾ ਗਿਣਾਈ ਹੈ। ਮੰਗ ਤਾਂ ਸਰਕਾਰ ਕਿ ਮਨ ਕੀ ਕਹਿੰਦੇ ਹੋ ਨਾ, ਫਿਰ ਮੈਂ ਕਹਿ ਰਿਹਾ ਡੁੱਬੜੋ ਜ਼ਮੀਨਦਾਰ ਅੱਗੇ ਖਰਾਬ ਹੋ ਜਾਓ, ਫਿਰ ਵੀ ਹੁਣ ਜ਼ਿਆਦਾ ਖਰਾਬ ਹੋ ਜੀ, ਪੱਲੇ ਕਹਿ ਰਹੇ ਗੰਗੇ। ਕੋਈ ਬੀਜਣ ਹੋਰ ਕੋਈ ਸਾਧਨ ਕੋਣ ਦਰਕਾਰ? ਨਾ ਜੀ, ਹੋਰ ਕੋਈ ਸਾਧਨ ਨਹੀਂ ਹੈ, ਮਾਰਕਣ ਪਾਣੀ ਕੋ ਨਹੀਂ ਮਾਰਕਣ, ਬੀਜਾਂ ਕਿਉਂ? ਮੇਰਾ ਨਾਮ ਪ੍ਰਵੀਨ ਕੁਮਾਰ ਹੈ ਜੀ, ਜ਼ਿਲ੍ਹਾ ਫਾਜ਼ਿਲਕਾ ਹੈ, ਤਹਿਸੀਲ ਫਾਜ਼ਿਲਕਾ ਹੈ, ਪਿੰਡ ਰੂਪਨਗਰ ਹੈ। ਕਿਸ ਤਰ੍ਹਾਂ ਦਾ ਮਾਮਲਾ ਨਰਮੇ ਬਾਰੇ? ਨਰਮੇ ਦਾ ਚਿੱਟਾ ਮੱਛਰ ਬਹੁਤ ਹੈਗਾ ਜੀ, ਸਪਰੇਅ 5-5, 6-6 ਕਰਤੀਆਂ, ਕੋਈ ਫਾਇਦਾ ਨਹੀਂ ਹੋ ਰਿਹਾ, ਅਤੇ ਪਾਣੀ ਵੀ ਨਹਿਰ ਵੀ ਨਹੀਂ ਚੱਲ ਰਹੀ। ਡੀਜ਼ਲ ਬਾਲ ਬਾਲ ਕੇ ਪਹਿਲਾਂ ਪਾਣੀ ਲਾਇਆ, ਹੁਣ ਵਾਈਟ ਫਲਾਈ ਬਹੁਤ ਜ਼ਿਆਦਾ ਹੋ ਰਹੀ ਹੈ। ਕੋਈ ਅਧਿਕਾਰੀ ਸੁਣਾਈ ਕੀਤੀ? ਕੋਈ ਅਧਿਕਾਰੀ ਨਹੀਂ ਆਇਆ ਜੀ ਸਾਡੇ ਕੋਲ। ਕਿੰਨੇ ਏਕੜ ਨਰਮਾ ਬਾਤ ਹੈ ਜੀ? ਨਰਮਾ 70% ਸਮਝੋ ਬਾਤ ਹੈ, 30-35-40 ਕਿੱਲੇ ਰੋਜ਼ ਦਾ ਬੰਦ ਹੈ ਰੂਪਨਗਰ ਪਿੰਡ 'ਚ। ਫਿਰ ਕਿਸ ਤਰ੍ਹਾਂ ਦੀ ਮੰਗ ਕਰਦੇ? ਮੰਗ ਇਹ ਕਰਦੇ ਹਾਂ, ਸਾਨੂੰ ਬਣਦਾ ਸਾਡਾ ਮੁਆਵਜ਼ਾ ਦਿੱਤਾ ਜਾਵੇ ਤਾਂ ਅਗਲੀ ਫਸਲ ਕਿਸਾਨ ਵੇਚ ਸਕੇ, ਬੀਜ ਸਕੇ, ਨਹੀਂ ਤਾਂ ਇਹ ਵੀ ਨੋਬਤ ਆ ਜਾਏਗੀ ਜੀ, ਅੱਗੇ ਬੀਜ ਵੀ ਨਹੀਂ ਸਕਦਾ ਕੋਈ। ਨਕਲੀ ਪੈਸੇ ਸਾਈਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ? ਨਹੀਂ, ਨਕਲੀ ਤਾਂ ਹੈ ਜੀ, ਬੀਜ ਨਕਲੀ ਹੈ, ਪੈਸੇ ਨਕਲੀ ਹੈ, ਵਾਈਟ ਪਲੇ ਮਰ ਹੀ ਨਹੀਂ ਰਹੀ ਹੈ ਜੀ ਬਿਲਕੁਲ ਹੀ। ਕੀ ਨਾਮ ਕੀ ਦਊ? ਦੇਵੀ ਲਾਲ ਹੈ ਜੀ, ਗਾਮ ਰੂਪਨਗਰ ਹੈ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਫਾਜ਼ਿਲਕਾ, ਜ਼ਿਲ੍ਹਾ ਫਾਜ਼ਿਲਕਾ। ਕਿਸ ਤਰ੍ਹਾਂ ਮਾਮਲਾ ਜੀ ਨਰਮਾ ਬਾਲ ਦਾ? ਕਿਸਾਨ ਨਰਮੋ ਜੀ, ਉਹ ਦੇਖ ਲਓ ਸਰ ਸਾਹਮਣੇ ਹੈ, ਐਰ ਨਰਮੋ ਉੱਠਣੀ ਕੋਲ ਲੱਗ ਰਹੇ ਹੋ, ਨਰਮੇ ਫਸਲ ਸਾਰੀ ਖਤਮ ਹੋ ਗਈ ਜੀ। ਐ ਮੇਰਾ ਆਪ ਕੇ ਮਾੜੇ 10 ਕਿੱਲਾ ਵਾਹੁਣ ਵਾਲਾ ਸਾਰੋ ਜੀ, ਐਰ ਵਾਹਾਂਗਾ ਮੈਂ। ਐ ਠੇਕੇ ਲੇਡੀ ਹੈ ਜੀ, 7 ਕਿੱਲਾ ਤੋਂ ਵੀ ਮੈਂ ਕੀ ਕੋਈ ਜੀ, 50,000 ਰੁਪਇਆ ਕਿੱਲੋ ਠੇਕੇ ਹਿਸਾਬ ਦਿੰਦੀ ਹੈ। ਐਰ ਸਰਕਾਰ ਨੂੰ ਆਈ ਮੰਗ ਕਰਾਂ ਵੀ ਮਾਨੇ ਮੁਆਵਜ਼ੇ ਦਿਆ ਜਾਵੇ। ਕੋਈ ਅਧਿਕਾਰੀ ਆ ਗਿਆ? ਨਾ ਜੀ, ਨਾ ਕੋਈ ਅਧਿਕਾਰੀ ਆਇਆ, ਕੋਈ ਕੋਈ ਆਦਮੀ ਕੋਈ ਨਹੀਂ ਆਇਆ ਜੀ ਮਾਰਕਣੇ। ਨਰਮੋ ਖਰਾਬ ਕਿਉਂ ਹੋਣ ਲੱਗ ਰਿਹਾ? ਕੀ ਕਾਰਨ? ਨਰਮੋ ਖਰਾਬ ਜੀ, ਉਹ ਚਿੱਟੋ ਮੱਛਰ ਹੈ ਜੀ, ਉਹ ਉੱਠਣੀ ਕੋਈ ਦਿਨ ਨਹੀਂ। ਅਭੀ ਕਾਰਨ ਸਪਰੇਆਂ ਕਰਦੀ 6-6, 7-7 ਮੇ ਖਰਚੋ ਲਗਾ ਦਿਓ, ਬਹੁਤ ਜ਼ਿਆਦਾ 20,000 ਰੁਪਇਆ ਕਿੱਲੇ ਉੱਪਰ ਤੋਂ ਖਰਚੋ ਲਗਾਏ ਬੈਠਾ ਜੀ ਆਪੂ ਪਹਿਲਾਂ ਜਿਵੇਂ। ਇਹਦਾ ਫਸਲ ਹੋਣ ਕੋਲ ਲੱਗ ਰਹੀ, ਅਬ ਕੀ ਕਰਾਂ, ਵਾਹਾਂਗਾ ਹੋਰ ਕਰਾਂਗੇ, ਕੀ ਲਾ ਜਾ ਮਾਰਕਣੇ।
महेंद्र कुमार चाहर नंबरदारा पिंड का इतने रूपनगर एकदम सारा मेरे ख्याल में 95% नरमा सारा खराब हो गया तो जमींदार का पूरा हालत है हूँ बाही जाते हैं लगभग सारे रोज़ रोजाना 30-32 किले रोज़ बाही जाते हैं तो एक इत कोई सरकारी कृषि अधिकारी कोई नहीं आया इतने नहीं पहुँचा कदे भी उन्होंने कोई साडा फील्ड के आके मौका नहीं वेख्या कि ना सरकार ने कोई भेजा कोई भी उत्थे कोई तुसी कृषि अधिकारी कोई और नू तो ये साडे असी बार्डर से बैठे हाँ तो पानी की बहुत घाट है पानी भी सिंचाई ये टेलां च पिंड रूपनगर तो बहुत ही घाट है तो सरकार वनू असी बोले आखे औखे हाँ नाराज हाँ ना टाइम से पानी देंदे है ना कोई सानू संभालदे है भी इन्हां की मुश्किल है की होर है तो मैं तो सरकार नू इन्नी बेनती करदा कि साडा ये जिन्ना नरमा जो खराब है जिमीदारां दा वो मौका वेख के ते उहदा जे उहदा खर्चा है जो भी है मुआवजा बना के छेती छेती दित जावे ताकि जमींदार कामयाब हो सके। हमारे जी बॉर्डर के पास में गांव है और नरमे की वजह से हमने 3-3, 4-4 तो स्प्रे कर दिया जी। बेस्ट कंपनी की जो लेनो है, प्रोक्लेम है या वाइट फ्लाई के लिए जो भी अच्छी अच्छी स्प्रे आती हैं, अच्छी अच्छी ब्रांड्स की भी स्प्रे कर दी है, उसका भी कोई इफेक्ट नहीं हुआ। और जी अभी सारे बाग हर दिन के अंदर 30 से 35 किले नरमा रोज के रोज ही बाह रहे हैं जी। हर कोई भी कंपनी अफसर आते हैं, देख के चले जाते हैं, रिपोर्ट बना के जा रहे हैं, ना कोई वो सुनवाई कर रहे हैं ना कुछ और हो रहा है जी। अब आपको दिखा भी, ये देखिए जी, इसके अंदर देखो ये पत्ता मोड़ते हैं तो पीछे वाइट फ्लाई ये देखो पत्ते के पीछे ये वाइट फ्लाई का अटैक इतना ज़्यादा है कि कोई भी स्प्रे कर लो वाइट फ्लाई और सुंडी तो अभी तक नहीं आई है, लेकिन कुछ जगह है गाँव में वहाँ पे आने लग गई है। सरकार से क्या मांग रहे जी? सरकार से मुआवजा तो चलो एक्सपेक्ट नहीं करते, लेकिन एटलीस्ट बीज और पेस्टिसाइड को ऐसा लेके आए ताकि जो हमें कंपनी पहले तो बीज नकली दिया, लोग गुजरात से भी जाके लेके आए वो भी नकली बीज आ गया, यहाँ से लिया वो भी नकली बीज आ गया। ये एक जो इन्होंने बीज के अंदर जो मिलाया था, पहले जो अलग से बीज आया करता था जो पैकेट के अंदर, वो नॉन बीटी बीज साथ में आने लग गया, तो उसकी वजह से भी शायद हो सकता है कि सुंडी का इफेक्ट हो गया हो। एक ये जी उसको अलग किया जाए, एक ये जो है कि अपने जो पेस्ट फिर हमने पेस्टिसाइड की स्प्रे की उनका भी कोई इफेक्ट नहीं, वो अगर कंट्रोल हो जाती है। वाइट फ्लाई इतनी ज़्यादा है कि उसका कोई कंट्रोल ही नहीं हो पा रहा है, तो जी गवर्नमेंट से यही एक्सपेक्ट करते हैं कि बीज के साथ साथ पेस्टिसाइड वालों को भी कंट्रोल करें। जमींदार कितना सहन कर पाएगा, जमींदार से तो 6 महीने निकालना ही बहुत मुश्किल हो जाता है। ये तो जी इतना अब आप ही समझते हो कि भाई कितनी खेती है और कैसे खराब हो रही है। मैं अजय पाल, रेडियो जून के महीने तो ही नरमे से पेस्ट सर्विलेंस का काम कर रहे हैं। असी वाइट फ्लाई का सर्वे करके उसकी मुकम्मल सर्विलेंस रिपोर्ट जी है उच्च अधिकारियों को भेजी जाते हैं। इस तो अलावा जी क्रॉप कंडीशन जितने ज़्यादा खराब है भी जितने वाइट फ्लाई का अटैक टीटीएल तो वध आ रहा है उसकी रिपोर्ट भी असी लगातार हर हफ्ते उच्च अधिकारियों को भेज रहे हैं। इस तो अलावा किसान वीरां नूं मेरी अपील है कि पीयू के जिहड़े स्पर्स वैबसाइट हैगे उन्हां दी स्प्रे करके वाइट फ्लाई नूं कंट्रोल किया जाए। इस तो अलावा जो वाइट फ्लाई तो ज़्यादा खराब हुए नरमे उन्होंने रिपोर्ट भी असी उच्च अधिकारियों को भेज दी गई है। देश दुनिया दीयां ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।